ਕੀ ਤੁਸੀਂ ਖੋਲ ਕੇ ਬੈਠੇ ਹੋ ਇਹਦਾ? ਸੇਲ ਖਤਮ ਹੋ ਗਿਆ ਰਾਤ ਨੂੰ ਤਾਂ ਕਿ ਥੱਕੇ ਲਾਇਆ ਬਿਟੀ ਨੂੰ ਬਬਰੇਸ਼ਨ ਨੂੰ ਚਲਾ ਰਿਹਾ ਆ ਗੁਲੇ ਦੀ। ਉਹ ਕਿਸ ਤਰ੍ਹਾਂ ਚੱਲੇ ਦੀ? ਨਹੀਂ ਤੇ ਜਦੋਂ ਚਲਾਓ ਦੇ ਜਦੋਂ ਆਪਣੀ ਮਰਜ਼ੀ ਬੰਦ ਕਰ ਲਓ ਬਟਨੇ ਕੰਮ ਕਰੇਗਾ। ਨਹੀਂ ਕੰਮ ਹੋਇਆ ਜਲਦੀ ਕਰੋ ਉੱਠ ਕੇ ਮੈਨੂੰ ਨਹਿਲਾਣਾ ਹੈ। ना चार्जर सारे खराब करी जाओ है तुसे देखो पेने दे उतार दी थोड़ी पिटो रानी भी उठ गई है। मैं दिन ही छुट गई थी। हमें पता करके आते ने मम्मी जाने आवास जड़ा भी करे ना काम वो खराब नहीं वो सही हिंदा है। ਉਹ ਮੈਂ ਆਤਾ ਨੂੰ ਆਖਣ ਲੱਗੀ ਸੀ ਤੁਸੀਂ ਇੰਨਾ ਖਰਚਾ ਨਾ ਮਾਲ ਦੇ ਮਕਾਨ 'ਤੇ ਕਰੀ ਜਾਓ ਉਹ ਇਸ ਹਿਸਾਬ ਦਾ ਮੈਂ ਤੁਹਾਨੂੰ ਆਖਣ ਲੱਗੀ ਸੀ ਨਾ ਉਹ ਤਾਂ ਕਰਕੇ ਫਿਰ ਮੈਂ ਆਖ ਓਹੋ ਨਾ ਕਰੋ ਵੇਖ ਲੋ ਤੁਸੀਂ ਮਿਹਰਬਾਨੀ ਕਰੋ ਤੁਸੀਂ ਰਹਿਣ ਨਹੀਂ ਦਿਓ ਹੋਰ ਕੁਛ ਸਾਨੂੰ ਨਹੀਂ ਵਾਈਬ੍ਰੇਸ਼ਨ ਚਾਹੀਦੀ ਦਿਨ ਕਾ ਕੰਮ ਮੈਨੂੰ ਨਹਿਲਾਵਾਂ ਮੇਰਾ ਜਿੰਦਰ ਦਾ ਇੰਨਾ ਖਿਲਾਰਾ ਪਿਆ ਫਿਰ ਮਿਸਤਰੀ ਬਣ ਚਾਹੀਦਾ ਟਾਈਮ ਹੋ ਜਾਣਾ ਮੇਰੀ ਆਪਣੀ ਜਿਹੀ ਪੋਜੀਸ਼ਨ ਵੇਖੋ ਕੀ ਬਣੀ ਪਈ ਆ ਮੈਂ
ਤੇਜ਼ ਚਲਾਉਣੀ ਬਦਲ ਸੀ ਮੱਠੀ ਚਲਾਉਣੀ ਦਰਮਿਆਨੀ ਜੀ ਹੋਵੇ ਕਿ ਹੁਣੇ ਚਾਰਜਰ ਲਾਉਣ ਲੱਗੇ ਇਹ ਕਿਹੜਾ ਵਾ ਨਾ ਇਹ ਮੇਰੇ ਚੁੱਲ੍ਹੇ ਦਾ ਜੇ ਚੁੱਲ੍ਹੇ ਦਾ ਜੇ ਖੈਰ ਨਾ ਇਹ ਨਾ ਤੁਸੀਂ ਮੇਰਾ ਵਜਾਇਆ ਚੁੱਲ੍ਹਾ ਤੇ ਉਹ ਪਿਆ ਬਾਹਰ ਤੇ ਇਹ ਚਾਰਜਰ ਲੀਡ ਦੇ ਨਾਲ ਹੀ ਪਿਆ ਸੀ ਮੰਜੇ ਦੇ ਤੇ ਹਾਂ ਮੈਂ ਤੈਨੂੰ ਦੱਸਾਂ ਤੁਸੀਂ ਇਹ ਕਟ ਕਟਾਇਆ ਨਾ ਕਰਿਓ ਇਹ ਕਿਹਦੇ ਨਾਲ ਇਹ ਉਹ ਮੋਟੀ ਲੀਡ ਦੇ ਨਾਲ ਹਾਂ ਨਾ ਖਰਾਬ ਕਰੀ ਜਾਓ ਐਵੇਂ ਹੀ ਹੈ ਕੋਈ ਹਾਲ ਬੇਟੀ ਕੇ ਚੱਕਰ ਮੇ ਕਿਆ ਕੁਛ ਨਹੀਂ ਆਵਾਜ਼ ਕੋ ਕਰਨਾ ਪੜ ਰਿਹਾ ਅੱਛਾ ਜੀ ਇਹਨਾਂ ਨੇ ਨਾ ਇੱਕ ਚੌਕਾਜ਼ਮ ਪੇ ਇੱਕ ਦੁਕਾਨ ਪੇ ਇਹਨਾਂ ਨੇ ਬੋਲਾ ਥਾ ਕਿ ਆਪ ਨਾ ਹਮੇ ਮੁਲਤਾਨ ਸੇ ਉਹ ਝੂਲਾ ਮੰਗਵਾ ਦੇ ਜੋ ਚਾਰਜਿੰਗ ਵਾਲਾ ਹੋਤਾ ਹੈ ਨਾ ਤੋ ਉਹਨਾਂ ਨੇ ਮੰਗਵਾਇਆ ਉਹਨਾਂ ਨੇ ਕਿਹਾ ਕਿ ਨਹੀਂ ਹਮਨੇ ਨਹੀਂ ਮੰਗਵਾ ਕੇ ਦੇਣਾ ਆਪ ਸੈੱਲ ਵਾਲਾ ਜੋ ਹੈ ਨਾ ਉਹ ਲੈ ਰਹੇ ਲੇਕਿਨ ਸੈੱਲ ਵਾਲਾ ਤਾਂ ਥਾ ਹਮਾਰੇ ਪਾਸ ਅਬ ਇਹ ਟੋਚਨ ਕਰ ਰਹੇ ਇਹ ਬਿਜਲੀ ਪੇ ਚਲੇ ਜਗ੍ਹਾ ਕੰਮ ਹੋਣੀ ਨਾ ਇਸ ਕਰਕੇ ਮੋਟੀ ਤਾਰੇ ਇੱਥੇ ਤੁਹਾਡੇ ਕੋਲ ਹੀ ਪਈ ਸੀ ਚੱਲ ਸੈਡ ਹੈ ਤੋੜਿਓ ਨਾ ਬਸ ਮੈਂ ਤੈਨੂੰ ਸਾਈਕਲ ਦਿਖਾਵਾਂ ਛੋਟੀਆਂ ਬੱਚੇ ਜਾਣਾ ਉਹ ਲੱਭਣੀ ਪੈਣੀ ਉਸ ਕਮਰੇ 'ਚ ਪਈ ਉਹ ਕੀ ਤੋੜਿਆ ਇਹਦੇ ਨਾਲ ਦੇਖ ਰਹੇ ਜੇ ਬਾਸਕਿਟ ਉਹ ਚੈਨ ਵਾਹ ਅੱਛਾ ਜੀ ਆਪ ਕੰਪਲੀਟ ਕਰ ਲੇਤੇ ਨਾ ਕੰਮ ਫਿਰ ਦਿਖਾਤੀ ਮੈਂ ਆਪਕੋ ਸੈੱਲਾਂ ਸਿਸਟਮ ਖਤਮ ਕਰ ਦਿੱਤਾ ਤੁਸੀਂ ਬਟਨ ਸਿੱਧਾ ਕਰੋ ਨਾ ਬਟਨ ਬਟਨ ਦੀ ਵਜ੍ਹਾ ਤੋਂ ਹੋ ਰਿਹਾ ਹਾਂਜੀ ਅੱਛਾ ਜੀ ਆਵਾਸ ਨੇ ਸੈੱਲ ਵਾਲਾ ਸਿਸਟਮ ਖਤਮ ਕਰਕੇ ਨਾ ਤੁਸੀਂ ਚਾਰਜਿੰਗ ਵਾਲਾ ਖੁਦ ਹੀ ਕੰਮ ਕਰ ਲਈਏ ਉਹ ਜੋ ਪੁਰਜ਼ਾ ਪੜਾ ਉਹ ਚਾਰਜਿੰਗ ਵਾਲਾ ਹੈ ਬਿਜਲੀ ਸੇ ਇਸਕੋ ਚਾਰਜ ਕਰ ਲੇਂਗੇ ਫਿਰ ਇਸਕੋ ਇਸਤੇਮਾਲ ਕਰੇਂਗੇ
আগে চল তার আগে কেঞ্চি হানজি বেটা উঠ গিয়ে মেরে শেহজাদা মেরে গুড়িয়া ভী উঠ গই হ্যায় बस तुसी मैं जावा तुसी तो चला के दिखाओ ਜੇ ਪਹਿਲਾਂ ਹੀ ਜਿਹੜੇ ਕਾਰੀਗਰ ਬਣਾਉਣ ਵਾਲੇ ਸਨ ਉਹ ਜਨਾਲ ਸਿਸਟਮ ਲਗਾ ਦਿੰਦੇ ਚਾਰਜਿੰਗ ਵਾਲਾ ਤਾਂ ਕੀ ਸੀ ਹਾਂਜੀ क्यों नहीं सेट हो रहे बटन होंगे वा ऑन ऑफ होंगे ਬੇਸ਼ੱਕ ਸਿਰਫ ਇਹਨੂੰ ਉੱਥੇ ਇਨਵੈਟਰ ਦੇ ਨਾਲ ਚਲਾਓ ਬੇਸ਼ੱਕ ਇਸ ਤਰ੍ਹਾਂ ਚਲਾਓ ਇਹ ਦੇਖੀ ਜੀ ਆਪਕੋ ਆਵਾਜ਼ ਆ ਰਹੀ ਹੋਗੀ ਇਹ ਚੱਲ ਰਿਹਾ ਯਹਾਂ ਸੇ ਇਹ ਬੋਰਡ ਆਪਰੇਸ਼ਨ ਇਸ ਤਰ੍ਹਾਂ ਕਰਾਉਣਾ ਹੈ ਜੀ ਬੰਦ ਹੋ ਜਾਏਗਾ ਬੰਦ ਹੋ ਜਾਣਾ ਆਪਣੇ ਆਪ ਫੇਰ ਹੋ ਜਾਣਾ ਚਾਰਜਿੰਗ ਹਾਂਜੀ ਨਹੀਂ ਭਾਈ ਤੁਸੀਂ ਕੰਮ ਖਤਮ ਕਰ ਦਿਓ ਕਿਸੇ ਜੇ ਮੋਈ ਦੇ ਨਹੀਂ ਹੁਣ ਆਉਣ ਤਾਂ ਚੱਲ ਕੋਈ ਮਸਲਾ ਨਹੀਂ ਇਹਦਾ ਕਿਹੜਾ ਖਤਰਾ ਹੋ ਗਿਆ ਨੀਚੇ ਰੱਖ ਲਿਆ ਪੈਰ ਦੇ ਪਾਸੇ ਲੱਗ ਜਾਣਾ ਨਾ ਫਾਤਮਾ ਲਓ ਉਹ ਤਾਂ ਮਸਤ ਹੈ ਕੋਈ ਖਤਰਾ ਵੀ ਹੈ ਨਹੀਂ ਸਰ ਰਜਿਸਟਰ ਜਾਰੀ ਆ ਵਾਹ ਬਈ ਵਾਹ ਵਾਹ ਬਈ ਵਾਹ ਖੇਲ ਮਨਾ ਸ਼ੋ ਨਾ ਬਿੱਲੇ ਵੀ ਬਿੱਲੇ ਐ ਬਿੱਲੇ ਵੀ ਬਿੱਲੇ ਬਸ ਤੁਸੀਂ ਤਾਰ ਕੱਢ ਸਕਦੇ ਨਾਲ ਲਾ ਇਸਲੇ ਤੜੇ ਨਹੀਂ ਬੋਲਦੀ ਦਾ ਮੇਰਾ ਦੀਪਾ ਪੁੱਤ ਫਿਲਹਾਲ ਤੁਸੀਂ ਉਤਾਰ ਦਿਓ ਇਹਨੂੰ ਫਿਰ ਮੈਂ ਜਿੱਥੇ ਵੀ ਜਾਵਾਂ ਫਿਰ ਝੂਲਾ ਨਾਲ ਲੈ ਜਾਣੀ ਆ ਚਲੋ ਇਸ ਫਿਰ ਇੱਕ ਜਗ੍ਹਾ ਤੇ ਪਿਆ ਰਹਿਣਾ ਨਾ ਮੇਰਾ ਟਾਈਮ ਇਸ ਤਰ੍ਹਾਂ ਕਰਾਂਗੇ ਨਾ ਤੇ ਉਹ ਹੁਣੇ ਡਾਕਟਰ ਪੈਨ ਤੇ ਡਾਕਟਰ ਪੈਨ ਉਹ ਲਗਾ ਦਾਂਗੇ ਇਹਨਾਂ ਬਾਅਦ ਨਿਕਾਲ ਕੇ ਨਾ ਛੋਟਾ ਚਾਰਜਰ ਨਾਲ ਲਗਾ ਦਾਂਗੇ ਸਹੀ ਹੈ ਉਹ ਤਾਰ ਪੈਨ ਜੇ ਕੰਮ ਚਾਲੂ ਕਰ ਕੰਮ ਨਹੀਂ ਰੱਖਾ ਫੇਰ ਕੰਮ ਚਾਲੂ ਕਰ ਤੁਸੀਂ ਕਹੋ ਨਾ ਬਾਹਰ ਕੱਢਣੀ ਫੇਰ ਨਹੀਂ ਕੰਮ ਠੀਕ ਹੈਗਾ ਫੇਰ ਕੰਮ ਖਰਾਬ ਹੈ ਇਹਦਾ ਹਾਂਜੀ ਨਹੀਂ ਨਹੀਂ ਫਿਰ ਤੇ ਨਹੀਂ ਮੈਂ ਫਿਰ ਕਦੀ ਕਿਤੇ ਲੈ ਕੇ ਜਾਣਾ ਦੇ ਜਿੱਥੇ ਬੈਠਣਾ ਹੋਵੇ ਫਿਰ ਝੂਲੇ ਨਾਲ ਸਮੇਤ ਲੈ ਜਾਣੇ ਬੈਠੀ ਰਹਿੰਦੀ ਚਲੋ ਹਾਂਜੀ ਫਿਰ ਲੀਡ ਮੈਂ ਕਿੱਥੇ ਇਹ ਵੱਡਾ ਭਾਰਾ ਗੁਟਕਾ ਮੈਂ ਇਹਨੂੰ ਕਿੱਥੇ ਨਾਲ ਤੁਹਾਨੂੰ ਆਹੋ ਇਹ ਤੁਸੀਂ ਉਤਾਰ ਦਿਆ ਜੀ ਚਲੋ ਜੀ ਅੱਛਾ ਜਦ ਮੂਡੀ ਹੋ ਨਾ ਜਬ ਇਸਕਾ ਮੂਡ ਹੋ ਤੋ ਤਬ ਵੀ ਇਹ ਹੱਸਦੀ ਹੈ ਤਬ ਵੀ ਮੁਸਕੁਰਾਤੀ ਹੈ ਤਬ ਵੀ ਇਹ ਬਾਤੇ ਕਰਤੀ ਹੈ ਸੋਨਾ ਆਏ ਮੇਰੇ ਸੋਨਾ ਪਪਾ ਕਾ ਸੋਨਾ ਕਿਆ ਕਰ ਰਹਾ ਹੈ